ਇਹਨੂੰ ਕਰ ਲੋ ਲਾ ਮਾੜਾ ਜਾ ਇਹਨੂੰ ਯਾਰ ਹਟਾਓ ਪਹਿਲਾਂ ਹਾਂ ਕੋਈ ਗੱਲ ਨਹੀਂ ਹਟ ਦੇ ਗੱਲ ਮੁੰਡਿਓ ਆ ਜਿਹੜਾ ਆਪਣਾ ਕੰਮ ਆ ਆਪਣਾ ਕੰਮ ਨਵੇਂ ਤੋਂ ਨਵੇਂ ਬੰਦੇ ਨੂੰ ਮਿਲਣ ਦਾ ਹੁੰਦਾ ਹਨਾ ਹਾਂਜੀ ਜਦੋਂ ਆਪਾਂ ਜਾਣੇ ਆ ਬਾਹਰ ਦੁਨੀਆ ਖਰੀ ਤੋਂ ਖਰੀ ਆ ਪਰੇ ਤੋਂ ਪਰੇ ਆ ਗੱਲ ਤੁਹਾਨੂੰ ਸੁਣਾਉਣਾ ਪੁਰਾਣੀ ਕੋਈ 60-65 ਸਾਲੀ ਪੁਰਾਣੀ ਮੈਨੂੰ ਵੀ ਕਿਸੇ ਬਜ਼ੁਰਗ ਨੇ ਸੁਣਾਈ ਸੀ ਉਹ ਕਹਿੰਦਾ ਨਾ ਭਰਾਵਾ ਕਹਿੰਦਾ ਬੰਬੇ ਡਰਾਈਵਰ ਸੀ ਜਿਹੜਾ ਜਿਹਨੇ ਗੱਲ ਸੁਣਾਈ ਕਹਿੰਦਾ ਬੰਬੇ ਸਿਪ ਦੇ ਵਿੱਚ ਕਹਿੰਦਾ ਮੇਰੀ ਗੱਡੀ ਭਰੀ ਜਾਵੇ ਹੁਣ ਤਾਂ ਆਉਂਦੀਆਂ 35 ਕਿਲੋ ਵਾਲੀਆਂ ਬੋਰੀਆਂ ਅੱਗੇ ਲੋਕ ਤਕੜੇ ਵਾਲੇ ਸੀ ਕੌਂਟਲ ਦੀ ਬੋਰੀ ਹੁੰਦੀ ਸੀ ਕਣਕ ਦੀ ਜਾਂ ਛੋਲਿਆਂ ਦੀ ਸਰੋਂ ਦੀ ਕੌਂਟਲ ਦੀ ਕੋਈ ਹੁੰਦੀ ਖੰਡ ਵਾਲੀ ਬੋਰੀ ਵਾਂਗੂ ਕਹਿੰਦਾ ਮੈਂ ਭਰੀ ਜਾਵਾਂ ਸਿਪ 'ਚ ਨਾ ਉਹਦੇ ਵਿੱਚ ਮਾਲ ਸਿੱਟੀ ਜਾਵੇ ਬੰਦਾ ਗੱਡੀ 'ਚੋਂ ਲੇਬਰ ਵਾਲਾ ਕਹਿੰਦਾ ਲੇਬਰ ਵਾਲੇ ਮੁੰਡੇ ਦਾ 7 ਫੁੱਟ ਕਾਠ ਹੋਊ ਜਵਾਨ ਵਾਲਾ ਤਕੜਾ ਜਾਣੀ ਕਹਿੰਦਾ ਉਦੋਂ ਉਹ ਕਹਿੰਦਾ ਨਰੋਆ ਮੋਰਚੇ ਮੋਰਚੇ ਦਾਰੇ ਪਹਿਲਵਾਨ ਵਾਲੇ ਲੱਗੇ ਵਧੀਆ ਗੁੱਟ ਗੁੱਟ ਕਹਿੰਦਾ ਕਹਿੰਦਾ ਬਾਈ ਸਿੱਟੇ ਉਹ ਗੁੱਟ ਉਹ ਗੁੱਠਾਂ ਫੜੇ ਬੋਰੀ ਦੀ ਐਂ ਲੱਦ ਲਏ ਕੁਆਂਟਲ ਦੀ ਬੋਰੀ ਨੂੰ ਕਹਿੰਦਾ ਕਿਹੜੀ ਸੀ ਫਿਰੇ ਪਰ ਕਹਿੰਦਾ ਜਦੋਂ ਉਹਦੇ ਨਾਲ ਇੱਕ ਇੱਥੋਂ ਨੱਕ ਅਤੇ ਅੱਖ ਐਂ ਭੰਨੇ ਵੇ ਸੀ ਇਹ ਲੋੜ 'ਤੇ ਜਦੋਂ ਕਹਿੰਦਾ ਭੰਨੇ ਵੇ ਭਾਈ ਕਹਿੰਦਾ ਮੈਂ ਉਹਨੂੰ ਆਖਿਆ ਵੀ ਆਹ ਤੇਰੇ ਕਿਵੇਂ ਸੱਟ ਵੱਜੀ ਉਹ ਕਹਿੰਦਾ ਤੈਂ ਕੀ ਲੈਣਾ ਯਾਰ ਛੱਡ ਖੜਾ ਤੈਂ ਕੀ ਲੈਣਾ ਜਿਹੜਾ ਬੰਦਾ ਮੁੰਡੇ ਉਹ ਕੰਮ ਵਾਲਾ ਕਰਦਾ ਹੋਵੇ ਉਹ ਅੜਬ ਵਾਲਾ ਹੁੰਦਾ ਕੋਈ ਬਲਦ ਦੇਖ ਲਿਓ ਕੋਈ ਘੋੜੀ ਦੇਖ ਲਿਓ ਉਹ ਜ਼ਿਆਦੇ ਹੋਣਗੇ ਅੜਬ ਬੰਦਾ ਕੰਮ ਜ਼ਿਆਦੇ ਕਰਦਾ ਹੁੰਦਾ ਜਿਹੜਾ ਅੜਵਾਈ ਦੀ ਇਹ ਗੱਲ ਆ ਇਹ ਪੱਕੀ ਗੱਲ ਆ ਉਹ ਕਹਿੰਦਾ ਭਾਈ ਨਾ ਲੋਟ ਆਇਆ ਕਹਿੰਦਾ ਮੈਂ ਖਾਹਾ ਚਿਰ ਉਹਦੀਆਂ ਮਿੰਨਤਾਂ ਮੁੰਨਤਾਂ ਕਰੀਆਂ ਬਈ ਚੱਲ ਮੈਂ ਪਿੱਛੇ ਹਟ ਗਿਆ ਬਈ ਆਪਾਂ ਇਹਤੋਂ ਕੀ ਲੈਣਾ ਬੰਦਾ ਤਕੜਾ ਕਹਿੰਦਾ ਮੈਂ ਮਾੜੂ ਉਹ ਤਕੜਾ ਵਾਲਾ ਕਹਿੰਦਾ ਭਾਈ ਕਹਿੰਦਾ ਸਾਡੇ ਨਾ ਟਰੱਕਾਂ ਦੇ ਕੋਲੇ ਹੁਣ ਤਾਂ ਹੁੰਦਾ ਨੀ ਅੱਗੇ ਸਿੱਕੂ ਜੇ ਟੰਗੇ ਹੁੰਦੇ ਪਾਣੀ ਵਾਲੇ ਜਿਵੇਂ ਫਰਿੱਜ ਦਾ ਪਾਣੀ ਹੋਣਾ ਹੁੰਦਾ ਸਾਈਡ ਤੇ ਕਹਿੰਦਾ ਜਦੋਂ ਉਹਨੇ ਟਰਾਲੀ ਉਹ ਗੱਡੀ ਕੋਨਾ ਜਾ ਕਹਿੰਦਾ ਜਦੋਂ ਗੱਡੀ ਲਾਹਤੀ ਉਹਨੇ ਕਹਿੰਦਾ ਮੈਂ ਉਹਨੂੰ ਲਿਆ ਕੇ ਉਹ ਦੇਤਾ ਕਹਿੰਦਾ ਮੈਂ ਪਾਣੀ ਪੀ ਲਾ ਛੋਟੇ ਭਾਈ ਕਹਿੰਦਾ ਉਹਨੇ ਪਾਣੀ ਪੂਣੀ ਪੀ ਲਿਆ ਉਹ ਕਹਿੰਦਾ ਪਾਣੀ ਤੂੰ ਮੈਨੂੰ ਪਤਾ ਕਾਹਤੋਂ ਪਿਆ ਆ ਕਹਿੰਦਾ ਮੈਂ ਹੁਣ ਤੈਨੂੰ ਪਤਾ ਹੀ ਆ ਵੀ ਤੇਰਾ ਆਹ ਪੁੱਛਣਾ ਵੀ ਕਾਹਤੋਂ ਪਿਆ ਆ ਵੀ ਇਹ ਸੱਟ ਕਿਵੇਂ ਵੱਜੀ ਉਹ ਕਹਿੰਦਾ ਭਰਾਵਾ ਕਹਿੰਦਾ ਮੈਂ ਇੱਡਾ ਤਕੜਾ ਸੀ ਹਨਾ ਏਰੀਏ ਦੇ ਵਿੱਚ ਕਹਿੰਦਾ ਮੈਂ ਜਦੋਂ ਤੁਰ ਕੇ ਜਾਂਦਾ ਇੱਧਰ ਉੱਧਰ ਨੂੰ ਕਹਿੰਦਾ ਜਦੋਂ ਮੈਨੂੰ ਐਂ ਲੱਗਣਾ ਵੀ ਆਹ ਘਰੇ ਕੋਈ ਨਹੀਂ ਗਾ 5-4 ਬੰਦੇ ਆ ਕਹਿੰਦਾ ਮੈਂ ਡਾਂਗਣਾ ਸਮਾਨ ਲੁੱਟ ਲੈਂਦਾ ਉਹਨਾਂ ਦਾ ਦਿਨੇ ਹੀ ਇੰਨਾ ਤਕੜਾ ਸੀ ਪੰਜ ਬੰਦਿਆਂ ਨੂੰ ਕਹਿੰਦਾ ਮੈਂ ਵਿਧਦਾ ਨਹੀਂ ਸੀ ਡਾਂਗ ਦਾ ਇੱਡਾ ਮਾਹਰ ਸੀ ਕਹਿੰਦਾ ਮੈਂ ਤੁਰਦਾ ਕਿ ਮੈਂ ਗੇੜੇ 'ਚ ਦਿੰਦੇ ਹੁੰਦੇ ਆ ਕਹਿੰਦਾ ਤੈਨੂੰ ਪਤਾ ਹੀ ਅੱਗੇ ਇਹੋ ਜਿਹਾ ਕੰਮ ਹੀ ਸੀ ਕਹਿੰਦਾ ਜਿਵੇਂ ਅੱਗੇ ਲੋਕਾਂ ਨੇ ਪੱਠੇ ਵੱਢ ਲੈਣੇ ਜਿਹੜਾ ਤਕੜਾ ਹੁੰਦਾ ਮਾੜੇ ਦੇ ਨਾਲੇ ਪੱਠੇ ਵੱਢਦਾ ਨਾਲੇ ਚਕਾਉਂਦਾ ਉਹ ਤੋਂ ਵੀ ਚਕਾ ਓਏ ਅੱਗੇ ਲੋਕਾਂ ਦਾ ਕਹਿੰਦਾ ਇਹੋ ਜਿਹਾ ਹਿਸਾਬ ਕਿਤਾਬ ਸੀ ਕਹਿੰਦਾ ਭਾਈ ਉਹਨੇ ਕੀ ਕੀਤਾ ਕਹਿੰਦਾ ਮੈਂ ਕਿਸੇ ਦੇ ਘਰੇ ਜਾ ਵੜਿਆ ਖੇਤਾਂ 'ਚ ਘਰ ਕਹਿੰਦਾ ਉਹਨੇ ਬੁੜੀ ਇਕੱਲੀ ਹੁਣ ਕਹਿੰਦਾ ਮਾਈ ਦੇ ਜਿਹੜਾ ਕੁਛ ਹੈਗਾ ਤੇਰੇ ਕੋਲ ਕਹਿੰਦਾ ਮਾਈ ਕਹਿੰਦੀ ਵੀ ਲੈ ਤਾਂ ਜਾਈ ਪਰ ਜੇ ਮੇਰਾ ਮੁੰਡਾ ਆਏ ਹੋਣ ਮੁੰਡੇ ਤੋਂ ਹੋ ਆਏ ਤੋਂ ਹੋਵੇਂ ਤੂੰ ਫਿਰ ਗੱਲ ਵੱਖਰੀ ਆ ਉਹ ਕਹਿੰਦਾ ਮੈਂ ਆਖਿਆ ਵੀ ਇਕੱਲਾ ਹੀ ਮੁੰਡਾ ਕਹਿੰਦਾ ਹਾਂ ਇਕੱਲਾ ਹੀ ਆ ਕਹਿੰਦਾ ਮੈਂ ਕਿਹਾ ਮੈਂ ਵੀ ਹਾ ਸੂਕ ਕਰਿਆ ਵਾ ਪੂਰਾ ਇਹ ਵੀ ਕਹਿੰਦਾ ਮੈਂ ਵੀ ਧਕਾਉਂਦਾ ਸੀ ਕਹਿੰਦਾ ਮੈਂ ਹਾਂ ਬੁੜੀਏ ਕਦੋਂ ਆਊ ਕਹਿੰਦਾ 3-4 ਘੰਟਿਆਂ ਨੂੰ ਆਊ ਕਹਿੰਦਾ ਮੈਂ ਗੇੜਾ ਜਿਹਾ ਦਿੱਤਾ 5-5 ਘੰਟਿਆਂ ਬਾਅਦ ਫਿਰ ਆ ਗਿਆ ਕਹਿੰਦਾ ਉਹ ਐਂ ਬੈਠਾ ਸਾਹਮਣੇ ਕਹਿੰਦਾ ਬੋਲਿਆ ਨਹੀਂ ਮੰਜੇ 'ਤੇ ਬੈਠਾ ਕਹਿੰਦਾ ਬੁੜੀ ਦੀ ਪੋਟਲੀ ਬੰਨੀ ਸਮਾਨ ਦੀ ਕਹਿੰਦਾ ਮੈਂ ਨਹੀਂ ਦੇਖਿਆ ਵਿੱਚ ਸੋਨਾ ਸੀ ਲੋਹਾ ਸੀ ਕੀ ਸੀ ਕਹਿੰਦਾ ਮੈਂ ਕਿਹਾ ਬੇਬੇ ਮੁੰਡਾ ਆ ਗਿਆ ਕਹਿੰਦੀ ਪੁੱਤ ਆ ਗਿਆ ਕਹਿੰਦਾ ਉਹਨੇ ਨਾ ਚੱਕ ਕੇ ਪੋਟੜੀ ਮੈਨੂੰ ਫੜਾਤੀ ਕਹਿੰਦਾ ਮੈਂ ਪਰਨੇ ਦੇ ਲੜ ਬੰਨੀ ਆ ਸੱਟ ਲਈ ਕਹਿੰਦਾ ਡਾਂਗ ਮੇਰੇ ਕੋਲ ਕਹਿੰਦਾ ਮੈਂ ਜਾਮਾ ਸੂਟਾਂ ਪਾਉਂਦਾ ਕਹਿੰਦਾ ਉਹ ਮਗਰ ਤੁਰ ਪਿਆ ਖਾਲੀ ਹੱਥ ਮੇਰੇ ਉਹਦਾ ਮੁੰਡਾ ਬੁੜੀ ਦਾ ਕਹਿੰਦਾ ਇਹ ਤੁਰਿਆ ਵਾ ਭਾਈ ਬੋਲਿਆ ਨਾ ਕਹਿੰਦਾ ਅਸੀਂ ਨਿੰਘ ਕੇ ਖਾਸੀ ਦੂਰ ਕਹਿੰਦਾ ਜਦੋਂ ਜੂ ਨਿੰਘੇ ਕਹਿੰਦਾ ਉਹਨੇ ਖੰਘੂਰਾ ਮਾਰਿਆ ਮਗਰੋਂ ਕਹਿੰਦਾ ਉਹ ਕਹਿੰਦਾ ਹੁਣ ਖੰਘ 'ਚ ਕੀ ਫਸ ਗਿਆ ਉਦੋਂ ਦਾ ਤੁਰਿਆ ਉਹਨਾਂ ਕਹਿੰਦਾ ਹੁਣ ਮਿੱਤਰਾ ਜੂ ਨਿੰਘਿਆ ਸਾਡੀ ਤੋਂ ਕਹਿੰਦਾ ਸਾਡੀ ਤੋਂ ਜੂ ਨਿੰਘਿਆ ਕਹਿੰਦਾ ਅੱਛਾ ਜੀ ਕਹਿੰਦਾ ਫੇਰ ਕਹਿੰਦਾ ਮੈਂ ਕਿਹਾ ਹੁਣ ਜਿਹੜਾ ਮਰਜ਼ੀ ਕੁਛ ਕਰ ਲਾ ਹੁਣ ਸਮਾਨ ਨਹੀਂ ਜਾਣ ਦਿੰਦਾ ਇਦੋਂ ਬਾਅਦ ਬੁੜੀ ਦਾ ਮੁੰਡਾ ਕਹਿੰਦਾ ਉਹਦਾ ਕਹਿੰਦਾ ਮੈਂ ਕੀ ਕੀਤਾ ਕਹਿੰਦਾ ਮੈਂ ਪਹਿਲਾਂ ਹੀ ਦੇਖ ਲਿਆ ਗਰਮ ਹੋਇਆ ਦੇਣ ਦਾ ਹੀ ਵੀ ਅੱਜ ਟੱਕਰੂ ਕਿਸੇ ਨੂੰ ਕਹਿੰਦਾ ਮੈਂ ਭਰਾਵਾ ਮੁਆਰੀ ਸਹਾਰ ਕੇ ਡਾਂਗ ਆਇਆ ਲੋੜ ਤੇ ਕਹਿੰਦਾ ਉਹਨੇ ਸ਼ੇਰ ਦੇ ਬੱਚੇ ਨੇ ਇੱਕ ਪੈਰ ਧਰ ਲਿਆ ਇੱਕ ਹੱਥ ਨਾਲ ਮੇਰੇ ਤੋਂ ਡਾਂਗ ਖੋਲੀ ਹਾਂ ਯਾਰ ਖੋਹੀ ਵੀ ਕਹਿੰਦਾ ਮੈਂ ਜਦੋਂ ਮਗਰ ਨੂੰ ਡਾਂਗ ਦਾ ਹਜੋਕਾ ਜਿਹਾ ਮਾਰਿਆ ਕਹਿੰਦਾ ਮੈਥੋਂ ਹੱਥ ਸੁੱਟ ਗਏ ਉਹਨੇ ਪੈਂਦੇ ਨੇ ਆਹ ਮਾਰੀ ਡਾਂਗ ਹਾਂ ਡਾਂਗ ਮਾਰੀ ਨਾਲੇ ਤਾਂ ਨੱਕ ਭੰਨਦਾ ਨਾਲੇ ਅੱਖ ਭੰਨਤੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਪਿਆ ਕਹਿੰਦਾ ਉਹਨੇ ਕੀ ਕੀਤਾ ਨਾਲੇ ਤਾਂ ਡਾਂਗ ਚੱਕ ਲਈ ਕਸ ਜ ਦੇ ਲਈ ਨਾਲੇ ਕਹਿੰਦਾ ਮੈਨੂੰ ਮੋਢੇ ਤੇ ਧਰ ਲਿਆ ਹਾਂ ਮੋਢੇ ਤੇ ਧਰ ਕੇ ਲਿਆ ਕੇ ਕਹਿੰਦਾ ਬੁੜੀ ਕੋਲੇ ਪਾਤਾ
ਕਹਿੰਦਾ ਉਹਦਾ ਇਹੋ ਜਿਹੇ ਇਲਾਜ ਹੁੰਦੇ ਸੀ। ਕਹਿੰਦਾ ਹਲਦੀ ਹੁਲਦੀ ਲਾਈ, ਦੂਜੇ ਦਿਨ ਕਹਿੰਦਾ ਆਥਣ ਉਥਣ ਮੈਨੂੰ ਸੁਰਤ ਆਈ। ਕਹਿੰਦੀ ਬੁੜੀ ਕਹਿੰਦੀ ਪੁੱਤ ਦੁੱਧ ਪੀਣੇ ਗਾ ਕਿਆ ਹੋ? ਕਹਿੰਦਾ ਮਾਈ ਕੁਛ ਨੀ ਪੀਣਾ। ਉਹ ਕਹਿੰਦੀ ਪੀ ਲਾ। ਕਹਿੰਦਾ ਮੈਨੂੰ 6-7 ਦਿਨ ਰੱਖਿਆ ਭਰਾਵਾ ਉਹਨਾਂ ਨੇ ਘਰੇ, ਤਕੜਾ ਕਰਿਆ। ਕਹਿੰਦਾ ਬਸ ਡਾਂਗ ਉਹਨਾਂ ਦੇ ਘਰੇ ਹੀ ਛੱਡਿਆ ਦੀ, ਮੁੜ ਕੇ ਕੰਨਾਂ ਨੂੰ ਹੱਥ ਲਾ ਲਏ ਬਈ ਦੁਨੀਆ ਖਰੀ ਤੋਂ ਖਰੀ, ਲੋਕ ਪਰੇ ਤੋਂ ਪਰੇ ਹੈ। ਕਹਿੰਦਾ ਦੁਨੀਆ ਪਰੇ ਤੋਂ ਪਰੇ ਬੈਠੀ ਆ। ਕਹਿੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਬਾਹਲੇ ਤਕੜੇ ਆ। ਕਹਿੰਦਾ ਇਹ ਜਿਹੀ ਉਹਨੇ ਬਣਾ ਕੇ ਤੋਰੀ, ਉਦਾਂ ਦਾ ਇੱਥੇ ਸੈਪ ਚ ਕਹਿੰਦਾ ਬੋਰੀਆਂ ਛੱਡਦਾ। ਦੋਸਤੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਲੈ ਕੇ ਆਉਣੇ ਆਗੇ ਨਵੀਂ ਤੋਂ ਨਵੀਂ। ਧੰਨਵਾਦ ਜੀ ਸਾਰਿਆਂ ਦਾ, ਬਹੁਤ ਵਧੀਆ।